ਗੁੜ ਦਿੱਤਿਆ ਮੋਹਰਾ ਆ ਜੀ, ਉਹਨੂੰ ਮੋਹਰਾ ਦੇਣ ਦੀ ਲੋੜ ਹੁੰਦੀ ਆ, ਇਹਨੂੰ ਸਿੱਧੀ ਮੱਤ ਦਿੱਤਿਆ, ਇਹਨੂੰ ਨਹੀਂ ਆਉਂਦੀ ਗੀ, ਇਹਨੂੰ ਪੁੱਠੀ ਲੱਗਣੀ। ਮਾਤਾ ਨਹੀਂ ਬਸ ਤਿੰਨ ਦਿਨ ਰੁਕ ਜਾ। ਆਓ ਮਿੱਤਰੋ, ਗਰਾਊਂਡ 'ਚ ਪਹੁੰਚ ਗਿਆ ਜੀ ਕ੍ਰਿਕਟ ਖੇਡਣ, ਅਤੇ ਆਪਣੇ ਵੱਲ ਬੰਦੇ ਹੈਗੇ ਸਾਰੇ ਚਾਰ, ਅਤੇ ਉਹਨਾਂ ਵਾਲੇ ਹੈਗੇ ਸੱਤ, ਅਤੇ ਚਲੋ ਆ ਜਾਓ ਮਿੱਤਰੋ ਫਿਰ ਅੱਜ ਕ੍ਰਿਕਟ ਦਾ ਮੇਜ਼ ਵੇਖਦੇ ਹਾਂ ਕੌਣ ਹਾਰਦਾ ਕਿ ਕੌਣ ਜਿੱਤਦਾ। ਅਤੇ ਇੱਧਰ ਵਾਈਟ ਬਾਲ ਗਈ ਚੱਲੀ ਇੱਕ ਹੋਰ, ਅਤੇ ਆਪਣੀ ਬੋਲਿੰਗ ਆ ਬਈ ਚੱਲ ਰਹੀ, ਅਤੇ ਬੈਟਿੰਗ ਬਾਅਦ 'ਚ ਕਰਦੇ ਹਾਂ ਆਪਾਂ। ਚਲੋ ਮਿੱਤਰੋ ਬਾਅਦ 'ਚ ਵੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ। ਬਈ ਹੁਣ ਟੀਮਾਂ ਕਹਿੰਦੇ ਘਰ ਨੂੰ ਜਾ ਰਹੀਆਂ ਸਾਰੇ ਖਿਡਾਰੀ, ਅਤੇ ਆਪਾਂ ਮਿੱਤਰੋ ਦੋ ਮੈਚ ਲਾਏ ਸੀ ਅਤੇ ਦੋ ਮੈਚ ਹੀ ਆਪਾਂ ਹਰਾਤੇ ਆ ਕਹਿੰਦੇ। ਇੱਕ ਪਾਸੇ ਕਹਿੰਦਾ ਸਾਰੇ ਸੀ ਇਹ ਹਾਰ ਕੇ ਗਾਈ ਸੀ, ਅਤੇ ਉਹ ਤੁਹਾਨੂੰ ਦੱਸ ਹੀ ਰਹੇ ਸਾਰੇ। ਅਤੇ ਰੂੜੀ ਹਜੇ ਸੈੱਟ ਸਕਦਾ ਵਾ, ਤੁਹਾਡੇ ਵੱਲੋਂ ਕੱਲ੍ਹ ਨੂੰ ਚੱਕ ਲਾ। ਨਹੀਂ, ਚਾਰ ਦਿਨ ਤਾਂ ਹਜੇ ਜਗ੍ਹਾ ਹੈਗੀ ਆ, ਬਾਕੀ ਤਾਂ ਬੋਲਣ ਨੂੰ ਹੱਟ ਗਿਆ। ਟੋਏ ਬਣਾਉਣੇ ਆ ਭਰਾਵਾ, ਚਾਰ ਦੇ ਤੂੜੀ ਲਈ ਵੀ ਟੋਇਆ ਬਣਾਉਣਾ ਹਾਲੇ। ਉਹ ਲੇਬਰ ਤੁਹਾਨੂੰ ਪੈਣੀ ਨਹੀਂ ਦੇਣੀ, ਜੇਸੀਬੀ ਦਾ ਕੰਮ ਆ ਮੋਟੇ। ਦੱਸ ਪਿਛਲੀ ਵਾਰ ਬਾਈ ਪੈਣੀ ਲੇਬਰ ਭਰਾਵਾ, ਤੁਹਾਨੂੰ ਕਾਹਦੀ ਪੈਣੀ? ਟੋਏ ਨਹੀਂ ਬਣਾਉਣੇ ਕਾਹਦੇ ਲਈ? ਟੋਏ ਬਣਾਉਣੇ ਅਸੀਂ ਭਰਾਵਾ, ਚਾਰ ਪਾਉਣਾ, ਤੂੜੀ ਪਾਉਣੀ, ਉੱਲੂਆ ਇਹ ਕੀ ਕਰੀ ਜਾਂਦਾ। ਉਹ ਤੂੜੀ ਲਈ ਤਾਂ ਆਪਾਂ ਪੱਧਰ ਕਰ ਲੈਣਾ ਹੁਣ, ਆਪਣੇ ਕੋਲ ਦੋ ਟਰੈਕਟਰ ਆ, ਪਿਛਲੀ ਵਾਰ ਇੱਕ ਨਾ ਹੀ ਕਰ ਲਿਆ ਸੀ। ਦੱਸ ਗੁੱਗੂ, ਦਸ ਦਿਨ ਨਹੀਂ ਆਉਂਦਾ ਇਹ, ਮੈਨੂੰ ਨਹੀਂ ਲੱਗਦਾ ਹਲੇ ਦਸ ਦਿਨ। ਮੇਰੀ ਗੱਲ ਸੁਣ, ਦੋ ਜਣੇ ਤੁਸੀਂ ਪਹਿਲਾਂ ਮੇਰੀ ਗੱਲ ਸੁਣ। ਹੁਣ ਮੈਂ ਤੂੰ ਕਹਿੰਦਾ ਚੱਕ ਕੇ ਲੈ ਜਾ ਰੂੜੀ, ਹੈਨਾ, ਚੱਕ ਕੇ ਲਗਿਆ ਉੱਥੇ ਰਾਹ ਤੇ ਲਾਈ, ਹੈਨਾ, ਤੇ ਫਿਰ ਉਹ ਲੂਡਰ ਜਿਹਾ ਲਗਿਆ, ਤੇ ਉਹ ਬਾਅਦ ਚ ਬੰਦੇ ਖਿਲਾਰ ਲਈ ਇੱਥੇ। ਪਤਾ ਉਹ ਖਿਲਾਰਨ ਦੀ ਲੋੜ, ਫਿਰ ਵੇਖ ਲੈ ਉਹੀ ਗੱਲ ਭਰਾਵਾ, ਖਿਲਾਰਨ ਦੀ ਲੋੜ ਨਹੀਂ ਪੈਣੀ। ਪਤਾ ਲਿਫਟ ਵਾਲੀ ਟਰਾਲੀ ਨਹੀਂ, ਉਹ ਟਰਾਲੀ ਢੇਰ ਲਾ ਦਿੰਦੀ ਆ, ਕਈਆਂ ਵਾਂਗੂ ਨਹੀਂ ਛੱਡਦੀ। ਸੁਭਾਗੇ ਨਾਲ ਖਿਲਾਰ ਦੇਣੀ ਬਾਅਦ ਚ, ਸਾਡੇ ਐਂ ਖਿਲਾਰਦੇ ਹਰੇ, ਬੰਦਾ ਤਾਂ ਅਸੀਂ ਲਾਉਂਦੇ ਨੀ ਮੈਂ ਰੂੜੀ ਪਾਉਣ ਲਈ। ਮੈਂ ਤਾਂ ਪਿਛਲੀ ਵਾਰ ਐਂ ਕੀਤਾ, ਮੈਂ ਇੱਥੋਂ ਸਟਾ ਕੇ ਜੋ ਜੇਸੀਬੀ ਨੇ ਢੇਰ ਲਾ ਦੇ, ਕਿਰਾਇਆ ਪਾਇਆ ਇੱਕ ਦਿਨ ਚ ਖਿਲਾਰਤੀ ਕਿਰਾਏ ਨਾ ਕੋਈ ਲੇਵ। ਟਰਾਲੀਆਂ ਲਾਏਗਾ ਉੱਥੇ ਆਪਦੇ ਕੋਲ, ਜਦੋਂ ਲਾਗੇ ਸੱਟੀ ਹੋਊਗੀ ਉਦੋਂ ਇੱਕ ਟਰਾਲੀ ਦੀ ਲੋੜ ਹੀ ਆ, ਤੇ ਰਾਹ ਦੇ ਤਾਂ ਪੰਜ ਸੱਤ ਹੀ ਲੈਣੀਆਂ ਵਾ। ਹੁਣ ਤੁਸੀਂ ਕਹਿੰਦੇ ਰਾਹ ਦੇ ਲਾ ਲਾ, ਰਾਹ ਦੇ 40 ਪਲਾਟ ਚ ਵੇਲੇ ਨੇ ਜੇ ਥੋੜੀ ਜਿਹੀ ਲੈ ਜਾਣਾ, ਪੰਜ ਕੁ ਟਰਾਲੇ ਮਾਤਾ ਇੱਕ ਰੀ, ਬਾਅਦ ਚ ਦਹਾਂ ਦੇਣਾ ਉਹਨੂੰ ਸਾਰੀ ਲੈ ਜੂਗਾ। ਉਹਦੇ ਲਈ ਭਲਾ ਮਸ਼ੀਨ ਬਣਾ ਲਿਆਈ? ਕਿਹਦੇ ਲਈ? ਉਹਦੇ ਲਈ ਭਲਾ ਜੇਸੀਬੀ ਨਾ ਲਿਆਈ। ਉਹਦੇ ਲਈ ਪਤਾ ਕੀ ਕਰੀ, ਪੰਜ ਸੱਤ ਜਿਹੜੀਆਂ ਟਰਾਲੀਆਂ ਭਰਨੀਆਂ, ਉੱਥੋਂ ਲੋਡਰ ਮਿਲ ਜਾਂਦਾ ਟਰੈਕਟਰ ਦੇ ਮਗਰ, ਘੰਟੇ ਦਾ ਲੈਂਦਾ ਕਿ ਦਿਹਾੜੀ ਦਾ ਕਰਾਇਆ? ਦਿਹਾੜੀ ਦਾ 400 ਰੁਪਇਆ ਕਰਾਇਆ ਮੈਂ ਨਜ਼ਾਰੇ ਨਾਲ ਟੋਰਨ। ਚੱਲ ਉਹ ਵੇਖਦਾ ਫਿਰ, ਲਓ ਵੀ ਮਿੱਤਰੋ ਕੱਲ ਨੂੰ ਹੁਣ ਪਰ ਬੰਦੇ ਨੂੰ ਗੁੜ ਦਿੱਤਿਆ ਮੋਹਰਾ ਆ ਜੀ, ਉਹਨੂੰ ਮੋਹਰਾ ਦੇਣ ਦੀ ਲੋੜ ਹੁੰਦੀ ਆ, ਇਹਨੂੰ ਸਿੱਧੀ ਮੱਤ ਦਿੱਤਿਆ, ਇਹਨੂੰ ਨਹੀਂ ਆਉਂਦੀ ਗੀ, ਇਹਨੂੰ ਪੁੱਠੀ ਲੱਗਣੀ। ਹਾਂ ਮਾਤਾ ਨਹੀਂ ਬਸ ਤਿੰਨ ਦਿਨ ਰੁਕ ਜਾ, ਮੋਟੇ ਯਕੀਨ ਹੈਗਾ ਲੈ ਜੂਗਾ ਜਾ ਕੇ ਯਾਰ ਅੱਗੇ ਲਗਾ। ਬੜਾ ਅੱਜ ਹੀ ਲਿਆ? ਨਹੀਂ ਨਹੀਂ ਪਰਸੋਂ ਪਰਸੋਂ।
ਅੱਜ ਤਾਂ ਹੁਣ ਟੋਰ ਟੂਰ ਗੱਡੀ ਕੀ ਲਿਬੜਨਾ ਰੂੜੀ ਨਾ ਰੂੜੀ ਦੇ ਬਈ ਬਾਹਰ ਵੀ ਗੰਦ ਕਰਨੀ ਤੂੜੀ ਯਾਰ ਮੈਂ ਸੈੱਟ ਕੇ ਦੇਣੀ ਬੇਫਿਕਰ ਹੋ ਜਾ ਟਰਾਲੀਆਂ ਬੈਗ ਲਾ ਦਾਂਗੇ ਉੱਥੇ ਯਾਰ ਐਵੇਂ ਕੰਧਾਂ ਦੇ ਤੂੜੀ ਕਿੱਦੇ ਤੋਂ ਭੰਨੀ ਸ਼ੁਰੂ ਆ ਤੂੜੀ ਕਿਹੜਾ ਕਿੱਲਾ ਵੱਢ ਲਿਆ ਹੁਣ ਕਣਕ ਤੂੜੀ ਭਰਾਵਾ ਸਾਡੇ ਪਿੰਡ 10 ਕਿੱਲੇ ਵੱਢ ਵੀ ਲਿਆ 8 ਕਿੱਲੇ ਉਹ ਚੋਂ ਅਸੀਂ ਲਏ ਆ ਨਾੜ ਦੇ ਵੱਢ ਲਏ ਹੋਰ ਤੂੜੀ ਕਿੱਦੇ ਭੰਨੀ ਤੇ ਤੂੜੀ ਭਲਾ ਅਸੀਂ ਕੱਲ ਨੂੰ ਬਣਾਉਣ ਲੱਗ ਪਈਏ ਸਾਨੂੰ ਥਾਂ ਹੀ ਨਹੀਂ ਸਾਡਾ ਵਿਹਲਾ ਤੇ ਅਸੀਂ ਕੀ ਕਰਾਂਗੇ ਉਹ ਹਜੇ ਸੁਕਾ ਕੇ ਨਾੜ ਬਣਾਉਗੇ ਜ਼ਿਆਦੀ ਬਣਨੀ ਆ ਗੱਲੇ ਨਾੜ ਦੀ ਤੂੜੀ ਘੱਟ ਬਣਦੀ ਆ ਯਾਰ ਚਾਰ ਦਿਨ ਨਾ ਨਾ ਮਾਤਾ ਚਾਰ ਦਿਨ ਤੁਹਾਡਾ ਨਾੜ ਸੁੱਕ ਜੀ ਚਾਰਾਂ ਦਿਨਾਂ ਨੂੰ ਮੈਂ ਵਿਹਲਾ ਹੋ ਜਾਣਾ ਫਿਰ ਰੂੜੀ ਜਾ ਕੇ 16 ਚੋਂ ਬਾਅਦ ਚੋਂ 7 ਹੀ ਰਹਿ ਜਾਣਾ ਨਹੀਂ ਨਹੀਂ 2.5 ਟਰਾਲੀਆਂ ਤਾਂ ਪੱਕੀਆਂ ਕਿੱਲੇ ਚ 2.5 ਟਰਾਲੀਆਂ ਦਾ ਨਾੜ ਦੇ ਨਹੀਂ ਨਹੀਂ ਬਈ ਜਿਹੜੀ ਉਹ ਆ ਐਕਸਪੈਰੀਮੈਂਟ ਐਤਕੀ ਆਪਾਂ ਆਪਣੇ ਖੇਤ ਕੱਢਾਂਗੇ ਤੇ ਆਹ ਬਾਈ ਦੇ ਵਿਚਾਰ ਹੁਣ ਆਪਾਂ ਨੋਟ ਕਰ ਲਏ ਆ ਤੇ ਜੇ ਆਪਾਂ 2.5 ਟਰਾਲੀਆਂ ਕੱਢਤੀਆਂ ਬਾਈ ਨੂੰ ਡੰਨ ਭਰ ਕੇ ਤਾਂ ਭਲਾ 3 ਕੱਢ ਦਿਓ ਆਹੋ ਅੱਧੀਆਂ ਕਰਕੇ ਤੇ 3 ਕੱਢ ਦਿਓ 2.5 ਟਰਾਲੀਆਂ ਨਿਕਲਦੀਆਂ ਕਿੱਲੇ ਜਾਂ ਆ 12 ਫੁੱਟੀ ਟਰਾਲੀ ਵੇਖੀ ਜਦੋਂ ਬਾਂ ਕਰਦਾ ਜਦੋਂ ਮਸ਼ੀਨ ਦਾ ਸਾਹ ਨਾ ਬੰਦ ਹੋ ਜਾਉਣਾ ਚਿਰ ਰੋਕਣੀ ਨਹੀਂ ਤੇ ਵੇਖੀ ਹਾਂ ਦੋ ਹੀ ਬੰਨੀਆਂ 12 ਤੋਂ ਆ ਗਏ 12 ਦੇ ਜਿੰਨੇ ਤੇ ਵੇਖੀ ਹਾਂ ਨੱਪੀਆਂ ਦੇ ਜੋ 2.5 ਬੰਦੇ ਹੈਗੇ ਨਾਲ ਲਾਉਣ ਵਾਲੇ ਮਸ਼ੀਨ ਦੇ ਕਿਹੜੀ ਲਾਉਂਦੇ ਮਸ਼ੀਨ ਤੂੜੀ ਨਹੀਂ ਲਾਉਂਦੇ ਹੁੰਦੇ ਬੰਦੇ ਸਾਡਾ ਸਾਰਾ ਕੰਮ ਫਿਕਸ ਆ ਅਸੀਂ ਆਪ ਹੱਥ ਨਹੀਂ ਲਾਉਣਾ ਦੇ ਆਪੇ ਉਹਨਾਂ ਨੇ ਲਾ ਕੇ ਲਤਾੜ ਕੇ ਨੱਪ ਕੇ ਤੁਹਾਡੇ ਪਿੰਡ ਦੀ ਆ ਮਸ਼ੀਨ ਹੋਰ ਚੱਲ ਠੀਕ ਆ ਫਿਰ ਤਾਂ ਮੈਂ ਵੀ ਉਹੀ ਲੈ ਜੂੰਗਾ ਜਾਂ ਐਂ ਕਰਿਓ ਆਪਦੀ ਬਣਾ ਹੀ ਲਿਆਇਓ ਮੈਂ ਤੁਹਾਨੂੰ ਯਾਰ ਕਿੱਲੇ ਛੱਡ ਦੂ ਉੱਥੇ 5-6 ਇਹ ਨਹੀਂ ਠੀਕ ਗਾ ਲੈ ਹੁਣ ਇਹ ਕਹੀ ਜਾਂਦਾ ਉਹ ਹੁਣੇ ਤਾਂ ਕਹੀ ਜਾਂਦਾ ਘਰ ਦੀ ਮਸ਼ੀਨ ਆ ਮੈਂ ਕਿਹਾ ਚੱਲ ਫਾਇਦਾ ਹੀ ਕਰਦਾ ਤੁਹਾਡਾ ਹੁਣੇ ਹੀ ਮੁੱਕਰ ਗਏ ਹੁਣੇ ਤਾਂ ਠੀਕ ਆ ਘਰ ਦੀ ਮਸ਼ੀਨ ਆਪਣੀ ਮਸ਼ੀਨ ਭਾਵੇਂ ਸਾਡੀ ਘਰ ਦੀ ਆ ਪਰ ਤੂੰ ਭਰਾਵਾ ਆਪਦਾ ਤੂੜੀ ਪਚਾ ਦੇ ਸਾਡੇ ਕੋਲ ਨਹੀਂ ਨਹੀਂ ਤੂੜੀ ਦਾ ਪਚਾ ਦਾਂਗੇ ਤੂੜੀ ਦੀ ਤਾਂ ਕਿਹੜੀ ਗੱਲ ਆ ਤੂੜੀ ਦਾ ਭਾਜੀ ਬਸ ਜੋ ਲੱਗ ਗਏ ਬਸ ਹੁਣ ਫਿਰ ਕਣਕ ਵੱਢਣ ਨਾਲ ਉਹ ਮਿੱਟੀ ਤਾਂ ਬਈ ਇੱਕ ਦਿਨ ਚ ਪੱਧਰ ਕਰ ਲੈਣੀ ਉਹ ਮੋਟਿਆ ਸ਼ੈੱਡ ਦੱਸ ਕਿੰਨੇ ਦਿਨ ਲਾਈਟ ਰੇਡਰ ਨੇ ਆਪਣੇ ਨੇ ਆਹ ਸ਼ੈੱਡ ਜੋ ਪਾਇਆ ਤੇ ਕਿੰਨੇ ਦਿਨਾਂ ਚ ਪੱਧਰ ਕੀਤੀ ਮਾਤਾ ਤੁਸੀਂ ਦੱਸੋ ਇਹਨੂੰ ਤਾਂ ਪਤਾ ਹੀ ਨੀ ਗਾ ਕਿੰਨੇ ਦਿਨਾਂ ਚ ਪੱਧਰ ਕੀਤੀ ਮੈਂ ਮਿੱਟੀ ਇਹ ਇੱਕ ਦਿਨ ਚ 60-55 ਨਾ ਇੱਕ ਦਿਨ ਚ ਪਲਾਟ ਦੇ ਵਿਚਾਲੇ ਢੇਰੀ ਮਾਰ ਦਿਆਂਗੇ ਫਿਰ ਅਸੀਂ ਸਾਈਡਾਂ ਤੇ ਕੰਧ ਕੱਢਣ ਜੋਗੇ ਹੋ ਜਾਾਂਗੇ ਤੇ ਇੱਕ ਸਾਡਾ ਅਸੀਂ ਟੋਏ ਬਣਾਉਣ ਜੋਗੇ ਹੋ ਜਾਾਂਗੇ ਜਾਂ ਇੰਨਾ ਕੰਮ ਕਰਦੇ ਫਿਰ ਪਹਿਲਾਂ ਆਇਆ ਵੇਖ ਕੇ ਆਈਏ ਮਾਹੌਲ ਵਿਖਾ ਕੰਧ ਕਿੱਥੇ ਕਰਨੀ ਜੇ ਨਾ ਲੋੜ ਹੋਈ ਨਾ ਕਰੀ ਮੈਂ ਕਰ ਦੇਣਾ ਪੱਧਰ ਇੱਕ ਦਿਨ ਚ ਯਾਰ ਕਰ ਗਿਆ ਪਿਛਲੀ ਵਾਰ ਉਹ ਸ਼ੈੱਡ ਤੂੰ ਦੱਸ ਯਾਰ ਤੂੰ ਉਦੋਂ ਹੈ ਨਹੀਂ ਸੀਗਾ ਘਰੇ ਮਤਾ ਇਹ ਕਿੱਥੇ ਗਿਆ ਸੀ ਮੋਟਾ ਤੋਂ ਨਹੀਂ ਇਹ ਘਰੇ ਨਹੀਂ ਸੀ ਗੁੱਗੂ ਤੇ ਮੈਂ ਹੀ ਸੀਗੇ ਨਹੀਂ ਨਹੀਂ ਘਰੇ ਨਹੀਂ ਨਾ ਮੁੰਡਾ ਤੂੰ ਵਿਆਹ ਗਿਆ ਸੀ ਸਹੁਰਿਆਂ ਦਾ ਮੁੰਡਾ ਤਾਂ ਹੀ ਤੈਨੂੰ ਪਤਾ ਨੀਗਾ ਇੱਧਰ ਗੁੱਗੂ ਨੂੰ ਪੁੱਛ ਗੁੱਗੂ ਦੱਸ ਓਏ ਓ ਗੁੱਗੂ ਓਏ ਗੁੱਗੂ ਓਏ ਫਿਰ ਐਂ ਕਰਾਂ ਓਏ ਦੂਜਾ ਲਿਆਏਂਗਾ ਟਰੈਕਟਰ ਫਿਰ ਤੂੰ ਅੱਜ ਨਹੀਂ ਕੱਲ ਨੂੰ ਨਾ ਕੱਲ ਦਾ ਕਾਲ ਆ ਇਹ ਕੀ ਚੱਕਰ ਕੱਲ ਦਾ ਨਾਮ ਕਾਲ
ਕੱਲ ਦਾ ਨਾਮ ਕੱਲ ਦਾ ਨਾਮ ਬਾਈ ਕਹਿੰਦਾ ਕਾਲ ਆ ਅੱਜ ਦਾ ਬਾਈ ਤੁਸੀਂ ਵੀ ਮਿਸਤਰੀ ਨਾਲ ਲਵਾ ਲਓ ਨਹੀਂ ਨਹੀਂ ਜੱਦੇ ਆਪ ਨੂੰ ਕਹਿ ਰਹੇ ਜੋਰ ਦਾ ਨਹੀਂ ਤੇ ਟਰੈਕਟਰ ਦੂਜਾ ਮਿਲਦਾ ਦਾ ਹੁਣ ਉਹ ਪਾਉਂਦੇ ਪਏ ਉਹ ਵੀ ਛੱਡ ਜਾ ਜੀ ਆਪੇ ਚੱਕ ਦਿਆਂਗੇ ਚੱਕ ਫਿਰ ਜਾਂ ਇੰਨਾ ਕੰਮ ਕਰਦੇ ਆ ਉਹ ਚੱਕ ਜਾਂ ਇੰਨਾ ਕੰਮ ਕਰਦੇ ਗਾ ਲੋਡਰ ਨਾ ਉਹਨਾਂ ਦਾ ਲੈ ਕੇ ਆਉਣਾ ਦੂਜੇ ਦਾ ਉਹ ਕੇਲੇ ਵਾਲੇ ਦਾ ਯਾਰ ਕੀ ਉਹਦਾ ਨਾਂ ਹੈ ਜਾਂ ਲਿਆ ਦੇ ਭਾਜਾ ਜਾ 400 ਰੁਪਏ ਚ ਇਹਨੇ ਰੂੜੀ ਚੱਕ ਕੇ ਲੈਣੀ ਆਪਾਂ ਇੱਕ ਦਿਨ ਦੇ ਵਿੱਚ ਵਿੱਚ ਯਾਰ ਪੰਜ ਟਰਾਲੇ ਲੈ ਜਾ ਕੱਲ ਨੂੰ ਫਿਰ ਇੱਧਰ ਕਹਿੰਦੇ ਮਸਾਲਾ ਤਿਆਰ ਕਰ ਰਿਹਾ ਚੁੱਪ ਚੱਕ ਦੂ ਗਰੀਬੀ ਬੋਲ ਹੁਣ ਡਾਏਗਾ ਡਾਏਗਾ ਤੂੰ ਲੋ ਮਿੱਤਰੋ ਪੈਪ ਲਿਆ ਵਾ ਭੱਲਾ ਤੇ ਹੁਣ ਇਹਨੂੰ ਛੱਡ ਕੇ ਕਰ ਦੇਣੇ ਕੰਮ ਓਕੇ ਲੋ ਵੀ ਮਿੱਤਰੋ ਹੁਣ ਨਿਕਲਦੀਆਂ ਵੀ ਨਾ ਨਵੀਂ ਨਵੀਂ ਦਾਗ ਦੂਗ ਦੇ ਸਾਰੇ ਚੱਕ ਦੇਣੇ ਆਪਾਂ ਲਓ ਮਿੱਤਰੋ ਗੱਡੀ ਗੁੱਡੀ ਚਮਕਾ ਕੇ ਫਿਰ ਮਿਲਦੇ ਹਾਂ ਆਪਾਂ ਫਿਰ 60-55 ਨੂੰ ਵੀ ਧੋਂਦੇ ਹਾਂ ਲਓ ਵੀ ਮਿੱਤਰੋ ਜਿਵੇਂ ਸਦੀਆਂ ਦੀਆਂ ਖੜੀਆਂ ਹੁੰਦੀਆਂ ਚੀਜ਼ਾਂ ਧੂੜ ਵੇਖ ਲਓ ਢੱਕਦੇ ਨਹੀਂ ਯਾਰ ਘਰ ਦੇ ਕਿਹਾ ਵੀ ਆ ਢੱਕ ਦਿਆ ਕਰੀਏ ਚੀਜ਼ਾਂ ਲਓ ਮਿੱਤਰੋ ਅੱਜ ਕਰਦੇ ਹਾਂ ਸਫਾਈ ਸ਼ੁਰੂ ਲਾਉਣੇ ਇਹਨਾਂ ਦੀ ਮਿੱਟੀ ਪਹਿਲਾਂ ਤਾਂ ਬਾਹਰ ਕੱਢੀਏ ਓ ਹੋ 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 ਧੂੜ ਹੀ ਧੂੜ ਛੱਤ 'ਤੇ ਦੇਖੋ ਧੂੜ ਇੱਧਰ 60-55 ਕਰਮਾਂ ਵਾਲੇ ਵੀ ਧੂੜ ਨਾ ਭਰਿਆ ਖੜਾ ਲੈ ਲਓ ਬਈ ਅੱਜ ਹੋਈ ਆ ਵਿਹਲੇ ਥੋੜ੍ਹੇ ਜਿਹੇ ਅੱਜ ਹੁਣ ਆਪਾਂ ਕਰਦੇ ਹਾਂ ਸਫਾਈ ਹਜੇ ਕਹਿੰਦੇ ਹੋਰ ਵੱਡੀਆਂ ਰੱਖਣੀਆਂ ਵਾ ਸਫਾਈ ਵੱਲੋਂ ਇਹਨਾਂ ਦਾ ਕੰਮ ਹੋਇਆ ਪਿਆ ਵਾ ਲਓ ਵੀ ਮਿੱਤਰੋ ਚੱਕੋ ਬਈ ਹੋ ਗਈ ਸਟਾਰਟ ਹੁਣ ਆਪਾਂ ਮਿੱਤਰੋ ਕੱਢ ਕੇ ਤੇ ਉਹ ਉੱਥੇ ਲਾ ਲੈਣਾ ਪੈਪ ਇੱਕ ਤਾਂ ਧੂੜ ਬਹੁਤ ਜ਼ਿਆਦਾ ਉਹ ਪੱਟ ਕੇ ਪੈਪ ਜਾ ਉੱਥੇ ਪੈਪ ਲਾ ਕੇ ਪ੍ਰੈਸ਼ਰ ਨਾਲ ਧੋਨੇ ਸਾਰੀਆਂ ਚੀਜ਼ਾਂ ਚੱਕ ਦਾਂਗੇ ਗਰੀਬੀ ਆ ਜਾਓ ਫਿਰ